ਇਹ ਬਿਲਕੁਲ ਟੋਟਲੀ ਫੇਕ ਹੈ। ਇਹਦੇ ਉੱਤੇ ਜੋ ਕੁਛ ਵੀ ਬਣਾਇਆ ਲੋਕਾਂ ਨੇ ਫੇਸ, ਤੁਹਾਨੂੰ ਪਤਾ ਅੱਜ ਕੱਲ੍ਹ AI ਦੇ ਨਾਲ ਬੜਾ ਕੁਛ ਹੋ ਜਾਂਦਾ, ਕਿਸੇ ਦੇ ਵੀ ਫੇਸ ਨੂੰ ਲਗਾ ਕੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣ ਜਾਂਦੀ ਹੈ। ਤੁਸੀਂ ਸਾਰੇ ਧੀਆਂ ਭੈਣਾਂ ਵਾਲੇ ਹੋ, ਤੁਹਾਡੇ ਘਰ ਵੀ ਆਪਣੇ ਘਰੇ ਧੀਆਂ ਵੀ ਹੈ ਭੈਣਾਂ ਵੀ ਹੈ, ਤੁਸੀਂ ਵੀ ਕਿਸੇ ਦੇ ਕੁੱਖੋਂ ਜਨਮ ਲਿਆ। ਅਗਰ ਉਹ ਕਿਸੇ ਵੀ ਤਰੀਕੇ ਦੀ 19-21 ਹੋ ਜਾਂਦੀ ਹੈ ਤਾਂ ਕਾਨੂੰਨ ਵੱਲੋਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਸਵੇਰ ਤੋਂ ਸਾਡੇ ਨਾਮ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋ, ਉਹ ਵੀਡੀਓ ਬਿਲਕੁਲ ਪੂਰੀ ਤਰ੍ਹਾਂ ਫੇਕ ਹੈ। ਉਹਦਾ ਕਾਰਨ ਇਹ ਹੈ, ਅੱਜ ਤੋਂ 15 ਦਿਨ ਪਹਿਲੇ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਆਉਂਦਾ ਇੱਕ ਕਿ ਇਹ ਵਾਲੀ ਵੀਡੀਓ ਭੇਜ ਕੇ ਕਿ ਮੇਰੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਟ੍ਰਾਂਸਫਰ ਕਰ ਦਿੱਤੇ ਜਾਣ, ਨਹੀਂ ਤਾਂ ਇਹ ਵੀਡੀਓ ਮੈਂ ਵਾਇਰਲ ਕਰ ਦੂੰਗਾ। ਉਹ ਵਾਇਰਲ ਕਰਨ ਦੀ ਗੱਲ ਕਰਨ ਤੋਂ ਬਾਅਦ ਅਸੀਂ ਕਿਸੇ ਪਾਸੇ ਉਹਨੂੰ ਡਾਇਰੈਕਟਲੀ ਪੈਸੇ ਦੇਣ ਦੀ ਬਜਾਏ ਅਸੀਂ ਆ ਕੇ ਪੁਲਿਸ ਦੇ ਵਿੱਚ ਕੰਪਲੇਂਟ ਕੀਤੀ ਸੀਗੀ 4 ਨੰਬਰ ਚੌਂਕੀ ਦੇ ਵਿੱਚ ਆ ਕੇ ਇੱਥੇ। ਕੰਪਲੇਂਟ ਕਰਨ ਤੋਂ ਬਾਅਦ ਉਹਨਾਂ ਨੇ ਕੁਝ ਬੰਦੇ ਰਾਊਂਡ ਅਪ ਵੀ ਕੀਤੇ, ਸਾਰਾ ਕੁਝ ਦੇਖਿਆ, ਪਰ ਉਸ ਤੋਂ ਬਾਅਦ ਬੇਬੀ ਦੇ ਕੋਲ ਮਤਲਬ ਬੇਬੀ ਹੋਣ ਵਾਲਾ ਸੀਗਾ, ਬੇਬੀ ਹੋਣ ਕਰਕੇ ਅਸੀਂ ਥੋੜ੍ਹਾ ਜਿਹਾ ਉਧਰਲੇ ਪਾਸੇ ਬਿਜ਼ੀ ਹੋ ਗਏ। ਬਿਜ਼ੀ ਹੋਣ ਕਰਕੇ 2-3 ਦਿਨ, ਤੁਹਾਨੂੰ ਪਤਾ ਬੰਦਾ ਜਦੋਂ ਬੇਬੀ ਹੁੰਦਾ ਉਧਰਲੇ ਪਾਸੇ ਬਿਜ਼ੀ ਰਹਿੰਦਾ, ਤਾਂ ਬਿਜ਼ੀ ਹੋਣ ਕਰਕੇ ਅਸੀਂ ਉਸ ਸਮੇਂ 2-3 ਦਿਨ ਕੋਈ ਨਵੀਂ ਕਾਰਵਾਈ ਜਾਂ ਕੋਈ ਐਕਸ਼ਨ ਨਹੀਂ ਲੈ ਪਾਈ। ਅਤੇ ਉਸ ਤੋਂ ਬਾਅਦ ਇਹ ਵੀਡੀਓ ਸਾਡੇ ਸਾਹਮਣੇ ਆਈ ਹੈ, ਇਹ ਬਿਲਕੁਲ ਟੋਟਲੀ ਫੇਕ ਹੈ। ਇਹਦੇ ਉੱਤੇ ਜੋ ਕੁਛ ਵੀ ਬਣਾਇਆ ਲੋਕਾਂ ਨੇ ਫੇਸ, ਤੁਹਾਨੂੰ ਪਤਾ ਅੱਜ ਕੱਲ੍ਹ AI ਦੇ ਨਾਲ ਬੜਾ ਕੁਛ ਹੋ ਜਾਂਦਾ, ਕਿਸੇ ਦੇ ਵੀ ਫੇਸ ਨੂੰ ਲਗਾ ਕੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣ ਜਾਂਦੀ ਹੈ। ਤਾਂ ਇੱਕ ਛੋਟੀ ਜਿਹੀ ਬੇਨਤੀ ਹੋ ਰਿਹਾ, ਤੁਸੀਂ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹੋ, ਜੋ ਕੁਛ ਵੀ ਕਰ ਰਹੇ ਹੋ, ਦੇਖੋ ਤੁਸੀਂ ਸਾਰੇ ਧੀਆਂ ਭੈਣਾਂ ਵਾਲੇ ਹੋ, ਤੁਹਾਡੇ ਘਰ ਵੀ ਆਪਣੇ ਘਰੇ ਧੀਆਂ ਵੀ ਹੈ ਭੈਣਾਂ ਵੀ ਹੈ, ਤੁਸੀਂ ਵੀ ਕਿਸੇ ਦੇ ਕੁੱਖੋਂ ਜਨਮ ਲਿਆ ਹੈ ਨਾ। ਇੱਕ ਤੁਹਾਡੀ ਫੇਕ ਵੀਡੀਓ ਇੱਕ ਦੂਜੇ ਪਾਸੇ ਵਾਇਰਲ ਕਰਨ ਦੇ ਨਾਲ ਅਗਰ ਕੋਈ 19-21 ਅਗਰ ਮੇਰੀ ਵਾਈਫ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ, ਕਿਉਂਕਿ ਤੁਹਾਨੂੰ ਪਤਾ 2 ਦਿਨ ਪਹਿਲੇ ਉਹਦਾ ਸਿਜ਼ੇਰੀਅਨ ਓਪਰੇਸ਼ਨ ਹੋਇਆ ਵਾ ਬੇਬੀ ਹੋਣ ਕਰਕੇ, ਅਗਰ ਉਹ ਕਿਸੇ ਵੀ ਤਰੀਕੇ ਦੀ 19-21 ਹੋ ਜਾਂਦੀ ਹੈ ਤਾਂ ਕਾਨੂੰਨ ਵੱਲੋਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਕਿਸੇ ਵੀ ਤਰੀਕੇ ਦੀ ਵੀਡੀਓ ਅਗਰ ਕਿਸੇ ਪਾਸੇ ਫੋਰਵਰਡ ਹੁੰਦੀ ਹੈ ਤੇ ਲੀਗਲੀ ਉਹਦੇ ਤੇ ਪ੍ਰੋਪਰ ਪੂਰਾ ਐਕਸ਼ਨ ਲਿੱਤਾ ਜਾਏਗਾ। ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਜੋ ਉਹ ਫੇਕ ਵੀਡੀਓ ਹੋ ਰਹੀ ਹੈ ਉਹਨੂੰ ਵੱਧ ਤੋਂ ਵੱਧ ਡਿਲੀਟ ਕੀਤਾ ਜਾ ਸਕੇ। ਜੋ ਬੰਦਾ ਉਹ ਵੀਡੀਓ ਜਿਹਦੇ ਕੋਲ ਵੀ ਹੈ ਆਪਣੇ ਫੋਨਾਂ ਦੇ ਵਿੱਚ ਵੀ ਡਿਲੀਟ ਕਰ ਦਿਓ, ਬਿਕੋਜ਼ ਅਸੀਂ ਅਕੋਰਡਿੰਗ ਟੂ ਲੋਅ ਜਿਨ੍ਹਾਂ ਦੇ ਫੋਨਾਂ ਦੇ ਵਿੱਚ ਵੀ ਉਹ ਵੀਡੀਓ ਹਰ ਜਗ੍ਹਾ ਤੋਂ ਵੀਡੀਓ ਡਿਲੀਟ ਕਰਵਾਉਂਦੇ ਹਾਂ।